दूजी सेवा करो ना कोई Thank you.
ਤੂੰ ਦੱਸ ਵੀ ਤੇਰੇ ਨਾਲ ਜਾਣਗੇ ਉਹ ਕਹਿੰਦਾ ਮਹਾਰਾਜ ਨਹੀਂ ਜਾਣਾ
ਮਹਾਰਾਜ ਕਹਿੰਦੇ ਫਿਰ ਤੇਰੇ ਕਿੱਦਾਂ ਹੋਵੇ, ਕੋਈ ਉਹ ਸ਼ੈ ਭੇਟ ਕਰ ਜਿਹੜੀ ਤੇਰੀ ਆਪਣੀ ਹੈਗੀ। ਕਹਿੰਦਾ ਮਹਾਰਾਜ ਫਿਰ ਮੇਰਾ ਮਨ ਆ ਜਿਹੜਾ, ਉਹ ਕਹਿੰਦੇ ਫਿਰ ਤੂੰ ਮੇਰਾ ਮੇਰਾ ਕਰੀ ਜਾਂਦਾ ਵਿੱਚ। ਮਹਾਰਾਜ ਤੁਸੀਂ ਦੱਸੋ ਫਿਰ ਕੀ ਭੇਟ ਕਰਾਂ। ਮਹਾਰਾਜ ਕਹਿੰਦਾ ਜਿਹੜਾ ਕਹਿੰਦਾ ਨਾ ਮੇਰਾ ਮੈਂ ਮੇਰਾ, ਇਹ ਮੈਂ ਤੇ ਮੇਰਾ ਤੇਰਾ ਚਾਹੀਦਾ, ਇਹ ਹੀਰੇ ਜਵਾਹਰਾਤ ਨਹੀਂ ਚਾਹੀਦੀ, ਚੁੱਪ ਲਾ। ਤੈਨੂੰ ਇੱਕ ਗੱਲ ਦੱਸਾਂ, ਹਰ ਦਿਨ ਹੋਰ ਰਾਸ ਪੂਰੀ ਹੈ, ਚੱਲ ਦੇ ਨਾਲ ਨਾ ਜਾ। ਜਿਹੜੀ ਰਾਸ ਤੇਰੇ ਨਾਲ ਜਾਣੀ ਹੈ ਉਹਨੂੰ ਜੋੜਨਾ ਚਾਲੂ ਕਰ, ਸੱਚ ਨੂੰ ਜੋੜਨਾ ਚਾਲੂ ਕਰ, ਸੱਚ ਤੇ ਚੱਲਣਾ ਚਾਲੂ ਕਰ, ਮਨੁੱਖਾਂ ਦਾ ਭਲਾ ਕਰ, ਦਇਆ ਨਿਮਰਤਾ ਸੰਤੋਖ ਹੰਢਾ ਜੀਵਨ ਦੇ ਵਿੱਚ। ਮਹਾਰਾਜ ਨੂੰ ਗਿਆਨ ਕਰਿਆ ਕਿ ਹਰ ਦਿਨ ਹੋਰ ਰਾਸ ਪੂਰੀ ਹੈ, ਚੱਲਦਿਆਂ ਨਾਲ ਨਾ ਜਾਈ। ਆ ਮੈਂ ਤੇ ਮੇਰੀ ਵਾਲੀ ਗੱਲ ਤੇ ਆ ਗਏ। ਕਹਿੰਦੇ ਰਾਜਾ ਸ਼ਿਵਰਾਮ ਕਹਿੰਦਾ ਮਹਾਰਾਜ ਵੀ ਆ ਮੈਂ ਮੇਰੀ ਤੇ ਮੇਰੇ ਕੋਲੋਂ ਨਹੀਂ ਦਿੱਤੀ ਜਾਣੀ, ਤੁਸੀਂ ਕਿਰਪਾ ਕਰਕੇ ਤੇ ਲੈ ਸਕਦੇ ਜੀ। ਮਹਾਰਾਜ ਜੀ ਦਇਆ ਦ੍ਰਿਸ਼ਟ ਕਰੋ ਤੇ ਲੈ ਲਓ। ਇਤਿਹਾਸ ਕਹਿੰਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨੇਤਰ ਬੰਦ ਕਰ, ਨੇਤਰ ਬੰਦ ਕੀਤੇ, ਮਹਾਰਾਜ ਜੀ ਨੇ ਮਸਤਕ ਤੇ ਹੱਥ ਧਰਿਆ। ਇਤਿਹਾਸ ਚ ਕਹਿੰਦੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨੇ ਨੂੰ ਲਾਏ ਦੀ ਕੰਡ ਨਾਲ ਕੰਨ, ਹੁਣ ਕੀ ਕਹਿੰਦਾ ਜੀ। ਕਹਿੰਦੇ ਭਾਈ ਮਰਦਾਨੇ ਨੇ ਉਹਦੀ ਕੰਡ ਦੇ ਨਾਲ ਪਿੱਠ ਦੇ ਨਾਲ ਜਦੋਂ ਕੰਨ ਲਾਇਆ ਤੇ ਵਿੱਚੋਂ ਚੂਹ ਚੂਹ ਦੀ ਆਵਾਜ਼ ਆਉਂਦੀ। ਹਰ ਦਿਨ ਹੋਰ ਰਾਸ ਪੂਰੀ ਹੈ, ਚੱਲਦਿਆਂ ਨਾਲ ਨਾ ਕਰ।
सेवा सफल है। देखो करे सेवा सफल है।
ਛੇਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਅਤੇ ਕੀਰਤਨ ਸਿੱਖਣ ਦੀ ਸ਼ੁਰੂਆਤ ਕੀਤੀ। ਮੇਰੇ ਉਸਤਾਦ ਜੀ ਰਾਗੀ ਪੂਰਨ ਸਿੰਘ ਜੀ ਸਭ ਤੋਂ ਪਹਿਲੇ ਉਸਤਾਦ ਉਹ ਸੀਗੇ, ਦਮਦਮੀ ਟਕਸਾਲ ਮਹਿੰਦੇ ਸਿਖਾਉਂਦੇ ਸੀ ਅਤੇ ਉਹਨਾਂ ਦੇ ਕੋਲ ਗਿਆ ਅਤੇ ਉਹਨਾਂ ਇਹ ਸਭ ਤੋਂ ਪਹਿਲਾ ਸ਼ਬਦ ਮੈਨੂੰ ਇਹ ਸਿਖਾਇਆ ਸੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਕੁਸ਼ਲਾ ਹੈ। ਅਤੇ ਜਦੋਂ ਮੈਂ ਗਾਉਂਦਾ ਅਤੇ ਉਹ ਤਾਂ ਸਵਰਗਵਾਸ ਹੋ ਗਏ ਨੇ ਚੜ੍ਹਾਈ ਕਰਕੇ ਪਿੱਛੇ ਜੇ, ਅਤੇ ਜਦੋਂ ਇਹ ਸ਼ਬਦ ਗਾਉਂਦਾ ਅਤੇ ਮੈਂ ਮਨ 'ਚ ਕਹਿੰਦਾ ਮੈਂ ਵੀ ਰਾਗੀ ਜੀ ਰਾਗੀ ਪੂਰਨ ਸਿੰਘ ਜੀ ਉਹਨਾਂ ਨੂੰ ਸੰਬੋਧਨ ਕਰਕੇ ਵੀ ਰਾਗੀ ਜੀ ਸਤਿਗੁਰ ਕੀ ਸੇਵਾ ਜਿਹੜੀ ਤੁਸੀਂ ਕੀਤੀ ਸ਼ਬਦ ਸਿਖਾਉਣ ਦੀ ਉਹ ਸੇਵਾ ਜਿਹੜੀ ਗੁਰੂ ਨੂੰ ਪ੍ਰਵਾਨ ਆ, ਕਿਉਂਕਿ ਉਹਨਾਂ ਸਾਡੀ ਝੋਲੀ ਦੇ ਵਿੱਚ ਸ਼ਬਦ ਪਾਇਆ ਸੀ, ਤੁਹਾਨੂੰ ਸੁਣਾ ਰਹੇ ਹਾਂ ਕਿ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਇਹ ਸ਼ਬਦ ਸੁਣਦੀ ਪਈ ਹੈ। ਮਹਾਰਾਜ ਦੀ ਕਿਰਪਾ ਕਰਨ ਅਸੀਂ ਗੁਰੂ ਦੀ ਸੇਵਾ ਮਨ ਕਰਕੇ ਕਰ ਸਕੀਏ। ਸੇਵਾ ਸਤਿਗੁਰੂ ਦੀ ਸਫਲ ਹੈਗੀ ਹੈ। ਮਾਨੁੱਖ ਦੀ ਟੇਕ ਬਿਰਥੀ ਸਭ ਦੇਣ ਬਿਰਥੀ ਸਭ ਜਾਣ, ਕਹਿਣ ਤੋਂ ਬਾਅਦ ਕਿਸੇ ਦੀ ਚਾਪਲੂਸੀ ਨਹੀਂ ਕਰਨੀ ਚਾਹੀਦੀ, ਸੇਵਾ ਕਰਨੀ ਚਾਹੀਦੀ ਅਤੇ ਗੁਰੂ ਦੀ ਕਰਨੀ ਚਾਹੀਦੀ ਹੈ। ਮਨੁੱਖਾਂ ਤੋਂ ਕੁਝ ਨਹੀਂ ਮਿਲਣਾ, ਸਤਿਗੁਰੂ ਕਿਰਪਾ ਕਰ, ਗਲਤੀਆਂ ਖਿਮਾ ਕਰਦੇ ਸੀਸਾਂ ਬਖਦੇ ਕਰੋ ਫਤਿਹ ਕੁਰਬਾਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਥ ਦੇ ਮਹਾਨ ਕੀਰਤਨੀਏ ਹਜ਼ੂਰੀ ਰਾਗੀ ਸਰਖੰਡ ਹਰਿਮੰਦਰ ਸਾਹਿਬ ਵਾਲੇ ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਖਾਲਸਾ, ਆਪ ਸਾਰੀ ਸੰਗਤ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਜ਼ਰੂਰੀ, ਇਸੇ ਤਰ੍ਹਾਂ ਜੋ ਇਸ ਯੁੱਗ ਦੇ ਵਿੱਚ ਸਭ ਤੋਂ ਉੱਤਮ ਕਰਮ ਹੈ ਗੁਰੂ ਦੀ ਕੀਰਤੀ ਜੋ ਆਪ ਸੰਗਤ ਨੂੰ ਸਰਮੁਖ ਰਹੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਮਿਹਨਤ ਰਿਹਾ ਰੱਖ ਕੇ ਸ਼ਬਦ ਰਾਹੀਂ ਆਪ ਸੰਗਤ ਦੀ